देखा है ये। सनी पाजी तानू पता अपने को केड़ी चीज आ चुकी है? हाँ जी हाँ जी महाराज, मौसम चेंज होया, केड़ी चीज आ चुकी है दसो? चीजा बथेरिया अपने को आ गई पहला। दिखाओ फिर केड़ी चीज आई है मौसम चेंज होने के कारण। पाजी चीजा बहुत खरिया खरिया आईया देखो। हलो हलो फड़ो कैमरा सनी पाजी। ठीक ठाक हो? सो मैं अपना हरजीत, पता की डेली वास्ते रोज तरह नवी ताजी वरायटी लेके लाइव आई है। सो अज भी वास्ते लाइव आ चुके हैं, काफी सोहनी सोहनी वरायटी दिखानी वीरां वास्ते। वरायटी काफी है, टेंशन की लोड़ नहीं, वड्डा डिपो आके अपनी चॉइस अकॉर्डिंग जिद्दां वरायटी चाहिए लेके जा सकते हैं। कोई चीज घर मंगवानी है स्क्रीन ਤੇ ਦਿੱਤੇ ਹੋਏ ਨੰਬਰ ਆ ਤੁਸੀਂ ਸਾਨੂੰ ਸੈਂਡ ਕਰ ਸਕਦੇ ਤੇ ਘਰ ਮੰਗਵਾ ਸਕਦੇ ਹੈ। ਠੀਕ ਹੈ ਜੀ। ਸੋ ਦੇਖੋ ਪਹਿਲੇ ਟਰਾਲੀ ਦੀ ਗੱਲ ਕਰਾਂ। ਟਰਾਲੀ ਮੇਰੇ ਹੱਥੇ ਬਹੁਤ ਸੋਹਣੀ ਹੈਗੀ ਹੈ, ਤੁਸੀਂ ਕਾਫੀ ਕੱਪੜੇ ਵਧੀਆ ਵਧੀਆ ਪਾ ਕੇ ਲੈ ਕੇ ਜਾ ਸਕਦੇ। ਤੁਸੀਂ ਕੋਈ ਟਰੈਵਲ ਕਰਨਾ ਚਾਹੁੰਦੇ ਆ, ਆਊਟ ਆਫ ਕੰਟਰੀ ਜਾਣਾ, ਆਊਟ ਆਫ ਸਟੇਟ ਜਾਣਾ ਹੈਗਾ ਤੁਸੀਂ, ਆਪਣੇ ਰਿਲੇਟਿਵ ਦੇ ਜਾਣਾ, ਤੁਸੀਂ ਇਹਦੇ ਵਿੱਚ ਪਾ ਕੇ ਜਿੱਦਾਂ ਮਰਜ਼ੀ ਤੁਸੀਂ ਟੌਰ ਠੱਪਾ ਬਣਾ ਸਕਦੇ, ਲੈ ਕੇ ਜਾ ਸਕਦੇ। ਦੇਖੋ ਜੀ 4 ਵੀਲ ਹੈਗੇ ਆ ਤੇ ਪੂਰਾ ਨਾਲੇ ਬ੍ਰਾਂਡਡ ਪੀਸ ਹੈਗੇ ਆ ਜੀ। ਤੁਹਾਨੂੰ ਕਾਫੀ ਕਲਰ ਮਿਲ ਜਾਣੇ, ਕਾਫੀ ਤੁਹਾਨੂੰ ਇਹਦੇ ਵਿੱਚ ਵੀ ਅਲੱਗ ਅਲੱਗ ਕਲਰ ਮਿਲ ਜਾਣੇ ਹੈਗੇ ਆ। ਸੋ ਕਨੂੰ ਭਾਜੀ ਸਾਡੇ ਨਾਲ ਤੇ ਇਹਨਾਂ ਨਾਲ ਗੱਲਬਾਤ ਕਰਾਂਗੇ। ਸਨੀ ਭਾਜੀ ਨਾਲ ਤੁਸੀਂ ਮਾਰੇ ਇੰਨਾ ਭਾਰ ਚੱਕਿਆ ਟੀ ਸ਼ਰਟ, ਕੀ ਚੱਕਰ ਕੀ ਹੈ ਜੀ? ਮੈਂ ਕਿਹਾ ਨਵੀਆਂ ਚੀਜ਼ਾਂ ਆ ਗਈਆਂ ਦਿਖਾ ਦਈਏ। ਹਲੋ ਜੀ, ਟੀ ਸ਼ਰਟ ਆ ਚੁੱਕੀ ਹੈ, ਕਿੰਨੀ ਕਿੰਨੀ ਸੋਹਣੀ ਭਾਜੀ, ਇੱਦਾਂ ਕਰੋ ਇਹਦੇ ਉੱਪਰ ਰੱਖੀ ਚਲੋ, ਥੱਲੇ ਸਿੱਟੋ ਇਹਦੇ ਉੱਪਰ ਰੱਖੀ ਚਲੋ ਇਹਦੇ ਉੱਪਰ। ਸੋ ਦੇਖੋ ਇੱਕ ਇੱਕ ਕੰਨ ਪੀਸ ਖਾ ਲੈਣਾ, ਇੱਕ ਇੱਕ ਕਰਕੇ ਦਿਖਾਈ ਚਲੋ, ਦੇਖੋ ਕਿੰਨੇ ਕਿੰਨੇ ਪਿਆਰੇ ਸਟਾਈਲ ਹੈਗੇ ਆ। ਇੱਦਾਂ ਨੀਰੇ ਕੈਮਰਾ ਮਾਰੀ ਚਲੋ। ਸੋ ਇੱਕ ਇੱਕ ਪੀਸ ਚੱਕ ਕੇ ਦਿਖਾਈ ਚਲੋ, ਕੀ ਰੇਟ ਦੱਸ ਦਿਓ ਮਾੜੇ ਕੀ ਇਹਦਾ? 475 ਭਾਜੀ। ਹਾਂਜੀ 475। ਲਓ ਜੀ 475, ਜਿਹੜਾ ਵੀ ਮਰਜ਼ੀ ਲੈ ਕੇ ਜਾ ਸਕਦੇ, ਹਰ ਇੱਕ ਦੇ ਉੱਪਰ ਟੈਗ ਲੱਗੇ ਹੋਏ ਆ। ਕੋਈ 750 ਨਹੀਂ, 475 ਭਾਜੀ। ਕੋਈ 700 ਨਹੀਂ, ਕੋਈ ਕਹਿੰਦੇ 700 ਨਹੀਂ, ਠੀਕ ਹੈ ਤੇ ਲੈ ਕੇ ਜਾ ਸਕਦੇ 475 ਰੁਪਏ। ਹੁਣ ਤੁਸੀਂ ਦੇਖੋ ਕਿਹੜਾ ਸਟਾਈਲ ਲੈਣਾ ਤੇ ਕਿਹੜਾ ਤੁਸੀਂ ਡਿਜ਼ਾਈਨ ਲੈ ਕੇ ਜਾਣਾ, ਕਿਹੜਾ ਕਲਰ ਲੈ ਕੇ ਜਾਣਾ ਹੈਗਾ ਹੈ। 412 ਰੁਪਏ ਦੇਖੋ ਜੀ, ਧਮਾਕੇ ਕਰਦੇ ਪੂਰੇ। ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਹੈਗੇ, ਹਰ ਤਰ੍ਹਾਂ ਤੁਹਾਨੂੰ ਅਲੱਗ ਅਲੱਗ ਸਟਾਈਲ ਮੈਨੇ ਹੈਗੇ ਆ, ਬ੍ਰਾਂਡਡ ਤੁਹਾਨੂੰ ਚੀਜ਼ਾਂ ਮੈਨੀ ਹੈਗੀ। ਵੱਡਾ ਡਿਪੋ ਆ ਕੇ ਤੁਸੀਂ ਇਹ ਚੀਜ਼ ਦਾ ਫਾਇਦਾ ਲੈ ਸਕਦੇ ਹੈਗੇ ਆ। ਰੇਂਜ ਘੱਟ ਆ, ਚੀਜ਼ ਵਧੀਆ, ਤੁਹਾਨੂੰ ਕਿਤੇ ਨੂੰ ਮੈਨੀ ਵੱਡਾ ਡਿਪੋ ਆ ਕੇ ਆਪਣੀ ਮਨਪਸੰਦ ਚੀਜ਼ਾਂ ਜਿਹੜੀਆਂ ਚਾਹੀਦੀ ਲੈ ਕੇ ਜਾ ਸਕਦੇ ਹੈਗੇ ਆ। ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਵਿਜ਼ਿਟ ਕਰ ਲਓ ਜੇ ਤੁਸੀਂ ਆਪਣੇ ਪੈਸੇ ਬਚਾਉਣੇ ਤਾਂ, ਠੀਕ ਹੈ ਪੈਸੇ ਬਚਾਉਣੇ, ਜਲਦੀ ਵੱਡਾ ਡਿਪੋ ਆ ਕੇ ਆਪਣੇ ਮਨਪਸੰਦ ਚੀਜ਼ਾਂ ਲੈ ਕੇ ਜਾ ਸਕਦੇ। ਤੁਹਾਨੂੰ ਕਿਤੇ ਵੀ ਆਪਣਾ ਟਾਈਮ ਖਰਾਬ ਕਰਨ ਲੋੜ ਨਹੀਂ। ਇੱਕ ਚੀਜ਼ ਲੈਣਾ ਤੁਸੀਂ 10-10 ਚੀਜ਼ ਲੈਣੀ, ਆਪ ਕਨਫਿਊਜ਼ ਭਾਜੀ, ਇਹਨਾਂ 'ਚ ਕਲਰ ਡਿਜ਼ਾਈਨਿੰਗ ਬਹੁਤ ਹੈ ਨਾ, ਬਹੁਤ ਕਲਰ ਡਿਜ਼ਾਈਨਿੰਗ ਅਲੱਗ ਅਲੱਗ ਆ। ਦੇਖੋ ਭਾਜੀ, ਹਾਂਜੀ ਰੈਕ ਲੱਗੇ ਹੋ ਭਾਜੀ, ਅਲੱਗ ਅਲੱਗ ਦਾ ਦੇਖੋ। ਲਓ ਜੀ ਮੈਂ ਕਹਿੰਦੇ ਲੱਗੇ ਹੋ ਸਾਰੇ ਅਲੱਗ ਅਲੱਗ ਸਟਾਈਲ ਲੱਗੇ ਹੋਏ, ਦਿਖਾਏ ਆ 10-10 ਦਿਖਾਏ ਆ, ਅੱਜ ਦਿਖਾ ਲੈਣ ਵਾਲੇ ਦੇਖੋ ਕਿੰਨੇ ਪਏ। ਇਹ ਤਾਂ ਕਹਿੰਦੇ ਸ਼ੁਰੂ ਆਤਾ ਹਲੇ, ਅਭੀ ਤੋ ਟ੍ਰੇਲਰ ਚਲਾ ਹੈ, ਅਭੀ ਤੋ ਫਿਲਮ ਬਾਕੀ ਹੈ, ਆਪਨੇ ਦੇਖਣਾ ਹੈ ਪੂਰਾ ਫੀਚਰ ਦੇਖਣੇ ਕਾ, ਠੀਕ ਹੈ? ਫਿਰ ਪਤਾ ਚਲੇਗਾ ਆਪਕੋ ਨਯਾ ਨਯਾ ਕਿਆ ਹੈ ਇਸਮੇ। ਸੋ ਦੇਖੋ ਇਧਰ ਵੀ ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਹੈਗੇ ਆ, ਕਿੰਨੇ ਕਿੰਨੇ ਸੋਹਣੇ ਸਾਈਜ਼ ਹੈਗੇ ਆ, ਵਿੱਚ ਸਟਾਈਲ ਵੀ ਸੋਹਣੇ ਸੋਹਣੇ ਹੈਗੇ ਆ। ਤੁਸੀਂ ਦੇਖੋ ਕਲਰ, ਹਾਫ ਸਲੀਵ ਤੁਸੀਂ ਪਸੰਦ ਕਰਦੇ ਆ, ਹਾਫ ਸਲੀਵ ਲੈ ਕੇ ਜਾ ਸਕਦੇ ਆ। ਤੁਸੀਂ ਫੁੱਲ ਸਲੀਵ ਪਸੰਦ ਕਰਦੇ, ਤੁਸੀਂ ਫੁੱਲ ਸਲੀਵ ਲੈ ਕੇ ਜਾ ਸਕਦੇ। ਦੇਖੋ ਜੀ ਹਰ ਤਰ੍ਹਾਂ ਤੁਹਾਨੂੰ ਅਲੱਗ ਅਲੱਗ ਸਟਾਈਲ ਮਿਲਣੇ ਹੈਗੇ, ਅਲੱਗ ਅਲੱਗ ਤੁਹਾਨੂੰ ਆਰਟੀਕਲ ਮਿਲਣੇ ਹੈਗੇ ਆ। ਕਿੱਥੋਂ ਮਿਲਣੇ ਆ? ਆਜ਼ਾਦ ਚੋਂ ਬੰਗਾ ਵਾ ਡਿਪੋ, ਦੇਖੋ ਕਿੰਨੇ ਕਿੰਨੇ ਪਿਆਰੇ ਸਟਾਈਲ ਹੈਗੇ ਆ। ਤੁਸੀਂ ਲੌਂਗ ਵਿੱਚ ਪਸੰਦ ਕਰਦੇ ਹੈਗੇ, ਟੀ ਸ਼ਰਟ ਸ਼ੋਰਟ 'ਚ ਪਸੰਦ ਕਰਦੇ, ਤੁਸੀਂ ਲੈ ਕੇ ਜਾ ਸਕਦੇ। ਭਾਜੀ ਇੱਕ ਚੀਜ਼ ਹੋਰ ਵੀ ਬਹੁਤ ਭਾਜੀ, ਇੱਕ ਨਵੀਂ ਆਈ ਹੈਗੀ ਤੁਹਾਡੇ ਹੱਥ ਵਿੱਚ, ਇਹ ਵੀ ਚੱਕ ਲਿਓ। ਸੋ ਸਾਡੇ ਯੂਟਿਊਬ ਚੈਨਲ ਵਾ ਡਿਪੋ ਬੰਗਾ, ਜੋ ਤੁਸੀਂ ਜਲਦੀ ਸਬਸਕ੍ਰਾਈਬ ਕਰ ਸਕਦੇ ਜੇ ਨਹੀਂ ਕੀਤਾ ਹੈਗਾ, ਸਾਡੀ ਲੇਟੈਸਟ ਅਪਡੇਟ ਤੁਸੀਂ ਦੇਖ ਸਕਦੇ ਹੈਗੇ ਆ। ਸੋ ਤੁਹਾਡਾ ਸਾਰਿਆਂ ਥੈਂਕ ਯੂ ਕਰਦੇ, ਸਾਡੇ ਨਾਲ ਜੁੜ ਕੇ ਡੇਲੀ ਵਰਾਇਟੀ ਵੀ ਦੇਖਦੇ ਹੈਗੇ ਆ, ਇਹਨਾਂ ਸਾਨੂੰ ਪਿਆਰ ਸਤਿਕਾਰ ਦਿੰਦੇ ਹੈਗੇ। ਦੇਖੋ ਸਨੀ ਭਾਜੀ, ਸਰਦੀ ਵਾਲੇ ਸਟਾਰਟ ਨਹੀਂ, ਤੁਸੀਂ ਪਹਿਲੇ ਮਾਰਾ ਗਰਮ ਚੱਕੀ ਫਿਰ ਸਾਨੂੰ ਦੁੱਧ ਦੇ ਕੇ ਗਰਮੀ ਆ ਜਾਂਦੀ ਹੈ ਜੀ। ਸਾਡੇ ਕੋਲ ਕਸਟਮਰ ਵੀ ਆਉਂਦਾ ਗਰਮ ਲੈਣ ਲਈ। ਹਾਂਜੀ ਲਓ ਜੀ, ਜਿੱਦਾਂ ਕਈਆਂ ਨੇ ਬਾਹਰ ਜਾਣਾ ਹੁੰਦਾ, ਸਟੂਡੈਂਟ ਆਉਂਦੇ ਆ। ਲਓ ਜੀ, ਜਿਨ੍ਹਾਂ ਦੇ ਫਾਈਲਾਂ ਤਿਆਰ ਹੁੰਦੀਆਂ ਨਾ, ਜਾ ਕੇ ਜਮ੍ਹਾਂ ਕਰਾ ਦਿੰਦੇ, ਸਬਮਿਟ ਕਰਾ ਦਿੰਦੇ ਮੈਸੀ ਵਿੱਚ, ਉਹਨੂੰ ਫਿਰ ਵਿਸ਼ਵਾਸ ਹੋ ਜਾਂਦਾ ਕਿ ਸਾਡੇ ਵੀਰ ਪੱਕਾ ਲੱਗੇ ਹੋਏ ਲੱਗਿਆ, ਵਿੱਚ ਆਪ ਚਾ ਵੱਡੇ ਡਿਪੂ ਨੂੰ ਆਏ ਆ ਤੇ ਟਰਾਲੀਆਂ ਜਿਹੜੀ ਤੁਹਾਨੂੰ ਦਿਖਾ ਭਰ ਭਰ ਕੇ ਲੈ ਜਾਂਦੇ ਆ ਮਹਾਰਾਜ, ਟੌਰ ਠੱਪਾ ਬਣਾਉਂਦੇ ਪੂਰਾ। ਤੇ ਇਹਦੇ ਵਿੱਚ ਕਲਰ ਕਿੰਨੇ ਕਿਆ, ਡਿਜ਼ਾਈਨਿੰਗ ਕਿੰਨੀ ਹੈਗੀ ਹੈ ਤੇ ਕੀ ਰੇਟ ਹੈ? ਭਾਜੀ ਅਲੱਗ ਅਲੱਗ ਕਲਰ ਆ, ਇਹਨਾਂ ਵਿੱਚ ਅਲੱਗ ਡਿਜ਼ਾਈਨਿੰਗ ਆ। ਰੇਟ ਹੈਗਾ 775 ਰੁਪਏ ਜੀ। ਸਿਰਫ 775? ਲਓ ਜੀ 775। ਦੇਖੋ ਕਲਰ ਕਿੰਨਾ ਪਿਆਰਾ ਹੈਗਾ, ਡੀਸੈਂਟ ਹੈ ਪੀਸ ਹੈਗਾ ਆ, ਲੁੱਕ ਵਾਈਜ਼ ਬਿਲਕੁਲ ਲੱਗ ਜਿਹਾ ਹੈਗਾ, ਨਾਲੇ ਬਿਲਕੁਲ ਲਾਈਟ ਵੇਟ ਵਿੱਚ ਆ, ਕਲਰ ਕਾਫੀ ਇਹਦੇ ਵਿੱਚ ਕਹਿੰਦੇ ਮਿਲ ਜਾਣੇ ਹੈਗੇ, ਡਿਜ਼ਾਈਨਿੰਗ ਸੋਹਣੀ ਹੈਗੀ ਹੈ। 775 ਰੁਪਏ ਇਹੀ ਤੁਸੀਂ ਬਾਹਰੋਂ ਚੀਜ਼ਾਂ ਲੈਣੇ, ਕਿਸੇ ਨੇ ਮੰਗਣਾ 1500 ਤੇ ਕਿਸੇ ਨੇ ਮੰਗਣਾ 1800 ਰੁਪਈਆ, ਗੂਗਲ ਤੇ ਸਰਚ ਕਰ ਲਓ, 2000 ਤੋਂ ਘੱਟ ਨਹੀਂ ਮਿਲਣਾ। ਪਰ ਵੱਡੇ ਡਿਪੂ ਤੇ ਮਿਲਣਾ ਹੈਗਾ ਸਿਰਫ ਤੁਹਾਨੂੰ 775 ਰੁਪਏ ਵਿੱਚ, ਡਿਜ਼ਾਈਨਿੰਗ ਜਿਹੜਾ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਹੈਗੇ। ਇਹ 'ਚ ਕਲਰ ਵੀ ਮਿਲਣੇ ਹੈਗੇ, ਕੈਮਰਾ ਮਾਰ ਕੇ ਨੀਰੇ ਦਿਖਾ ਦਿਓ, ਉੱਧਰ ਆਇਓ ਮੇਰੇ ਨਾਲ ਚੱਲਦੇ। ਸੋ ਦੇਖੋ ਇਹਦੇ ਵਿੱਚ ਵੀ ਕਿੰਨੇ ਕਿੰਨੇ ਪਿਆਰੇ ਸਟਾਈਲ ਹੈਗੇ ਆ। ਇਹ ਨਹੀਂ ਕਿ ਇੱਕ ਦੋ ਦੋ ਪੀਸ ਹੈਗਾ, ਜਿਹੜਾ ਤੁਸੀਂ ਮਰਜ਼ੀ ਲੈ ਕੇ ਜਾ ਸਕਦੇ ਆ, ਸਾਰੇ ਹੈਂਗਰ ਕੀਤੇ ਹੋਏ ਆ। ਦੇਖੋ ਕਿੰਨੇ ਕਿੰਨੇ ਪਿਆਰੇ, ਜਿੱਪਰ ਪਸੰਦ ਕਰਦੇ ਆ ਤੁਸੀਂ, ਹੁੱਡੀ ਚਾਹੀਦੀ ਆ, ਤੁਸੀਂ ਲੈ ਕੇ ਜਾ ਸਕਦੇ ਹੈਗੇ ਆ। ਇੱਕ ਇੱਕ ਕਲਰ ਦਿਖਾ ਦਿਓ, ਇੱਕ ਇੱਕ ਡਿਜ਼ਾਈਨ ਦਿਖਾ ਦਿਓ। ਦੇਖੋ ਕਿੰਨੇ ਕਿੰਨੇ ਪਿਆਰੇ, ਡੀਸੈਂਟ ਇਹ ਪੀਸ ਹੈਗੇ ਆ, ਬਿਲਕੁਲ ਨਾਲੇ ਲਾਈਟ ਵੇਟ ਵਿੱਚ ਆ, ਜੇ ਤੁਸੀਂ ਪਾ ਲੈਣਾ ਤੁਹਾਨੂੰ ਥੱਲੇ ਕੋਈ ਕੱਪੜਾ ਤੇ ਪਾਉਣ ਦੀ ਲੋੜ ਨਹੀਂ ਪੈਣੀ, ਹੁੱਡੀਆਂ ਆ ਜੂਗੀਆਂ ਬਹੁਤ ਸੋਹਣੀ ਸੋਹਣੀ, ਨਾਲ ਕੈਪ ਵੀ ਹੈਗੀ ਆ ਵਿਦ ਕੈਪ। ਆਹ ਹੀ ਚੀਜ਼ ਦੇ ਲਓ, ਆਹ ਚੀਜ਼ ਮੁੰਡੇ ਦੇਖ ਲਓ, ਸ਼ੌਕੀਨ ਹੋ ਸਾਡੇ ਜਿੰਨੇ ਵੀਰ ਹੈਗੇ ਆ, ਆਹ ਚੀਜ਼ਾਂ ਲੱਭਦੇ ਆ ਸੱਚ ਮਾਰ ਮਾਰ ਕੇ, ਕਿੱਥੋਂ ਮਿਲੂਗੀਆਂ, ਕਿੱਥੋਂ ਮਿਲਣੀਆਂ? ਪਰ ਵੱਡੇ ਡਿਪੂ ਤੋਂ
ਇਹ ਤੁਹਾਡੇ ਡਿਪੈਂਡ ਕਰਦਾ ਹੈਗਾ। ਇਹ ਚ ਸਾਨੂੰ ਕਾਫੀ ਅਲੱਗ ਅਲੱਗ ਸਟਾਈਲ ਮਿਲਣੀ ਹੈਗੇ, ਅਲੱਗ ਅਲੱਗ ਤੁਹਾਨੂੰ ਡਿਜ਼ਾਇਨਿੰਗ ਮਿਲਣੀ ਹੈਗੀ ਆ। ਸੋ ਵੱਡਾ ਡਿਪੂ ਪੂਰਾ ਫੈਮਿਲੀ ਕੰਪਲੀਟ, ਬੱਚਿਆਂ ਦਾ ਸਮਾਨ, ਲੇਡੀ ਜੈਂਟਸ, ਮਨਿਆਰੀ, ਜੂਲੀ, ਸ਼ੂਜ਼ ਕਾਊਂਟਰ, ਹੈਂਡਰੂਮ, ਜੋ ਵੀ ਤੁਹਾਨੂੰ ਚਾਹੀਦਾ ਇੱਥੋਂ ਲੈ ਕੇ ਜਾ ਸਕਦੇ ਹੈਗੇ। ਘੱਟ ਰੇਂਜ ਵਿੱਚ ਸਾਨੂੰ ਵਧੀਆ ਵਧੀਆ ਵਰਾਇਟੀ ਮਿਲਣੀ ਹੈ। ਇਹ ਭਾਜੀ ਕੀ ਟਰੈਕ ਸੂਟ ਆ? ਪੂਰਾ ਟਰੈਕ ਸੂਟ ਆ ਗਿਆ ਜੀ। ਹਾਂਜੀ ਟਰੈਕ ਸੂਟ ਆ ਗਿਆ ਪੂਰਾ, ਟਰੈਕ ਸੂਟ ਦਾ ਠੀਕ ਆ। ਆਹ ਤੁਸੀਂ ਦਿਖਾ ਲਿਆ ਸਾਨੂੰ 775 ਰੇਂਜ ਠੀਕ ਆ ਹੁੱਡੀ, ਇਹਦਾ ਕੀ ਰੇਟ ਹੈਗਾ? ਇਹਦਾ ਭਾਜੀ ਹੈਗਾ 1650 ਰੁਪਏ ਜੀ। 1650 ਰੁਪਏ ਪੂਰਾ ਕੰਪਲੀਟ ਸੈੱਟ? ਪੂਰਾ ਕੰਪਲੀਟ ਜੀ। ਲਓ ਜੀ 1650 ਰੁਪਏ ਤੁਸੀਂ ਲੈ ਕੇ ਜਾ ਸਕਦੇ ਹੋ। ਤੁਹਾਨੂੰ ਕਿਤੇ ਵੀ ਟਾਈਮ ਖਰਾਬ ਕਰਨ ਲੋੜ, ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਵੱਡਾ ਡਿਪੂ ਆ ਜਾਓ ਤੇ ਆਪਣੇ ਮਨਪਸੰਦ ਚੀਜ਼ਾਂ ਜਿਹੜੀ ਜਿਹੜੀ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਹੋ। ਵੀ ਘੱਟ ਰੇਟਾਂ ਵਿੱਚ ਹੀ ਇੱਕ ਚੀਜ਼ ਲੈਣਾ, ਤੁਸੀਂ ਆਪ ਕਨਫਿਊਜ਼ ਹੋਣਾ ਕੀ ਲਈਏ ਤੇ ਕੀ ਛੱਡ ਕੇ ਜਾਈਏ। ਸੋ ਵੱਡਾ ਡਿਪੂ ਤੁਹਾਨੂੰ ਪਤਾ ਪੂਰਾ ਫੈਮਿਲੀ ਕੰਪਲੀਟ ਸ਼ੋਰੂਮ ਆ, ਕਾਫੀ ਕਸਟਮਰ ਦੂਰੋਂ ਦੂਰੋਂ ਆ ਰਹੇ ਆ। ਉਹਦਾ ਰੀਜ਼ਨ, ਉਹਦਾ ਮਕਸਦ ਇਹੀ ਹੈ ਕਿ ਹਰ ਟਾਈਮ ਵਰਾਇਟੀ ਨੂੰ ਇੱਕ ਸਾਥ ਥੱਲੇ ਮਿਲ ਜਾਂਦੀ ਹੈਗੀ ਆ। ਸੋ ਕਲਰ ਹਰ ਤਰ੍ਹਾਂ ਦੀ ਲਾਈਟ ਚਾਹੀਦੀ, ਡਾਰਕ ਚਾਹੀਦੀ, ਤੁਹਾਨੂੰ ਜੈਪ ਵਾਲੇ ਪਸੰਦ ਹੈਗੇ ਆ ਤੇ ਤੁਹਾਨੂੰ ਵਟਨਾ ਚਾਹੀਦੀ, ਤੁਹਾਨੂੰ ਵਿਦਾਊਟ ਜੈਪ ਚਾਹੀਦੀ, ਹਰ ਤਰ੍ਹਾਂ ਤੁਹਾਨੂੰ ਵਰਾਇਟੀ ਮਿਲਣੀ ਹੈਗੀ ਆ। ਭਾਜੀ ਜੈਪ ਵਾਲੇ ਅਲੱਗ ਰੇਟ ਆ, ਕੋਈ ਰੇਟ ਆ? ਇਹ 3XL ਸਾਈਜ਼ ਆ ਗਿਆ ਭਾਜੀ, 1750 ਰੁਪਏ ਜੀ। ਸਿਰਫ 1750? ਹਾਂਜੀ ਸਿਰਫ 1750। ਲਓ ਜੀ 1750 ਰੁਪਏ ਲੈ ਕੇ ਜਾ ਸਕਦੇ ਆ। ਤੁਸੀਂ ਹੁੱਡੀ ਚਾਹੀਦੀ ਆ, ਤੁਹਾਨੂੰ ਕੋਟ ਪੈਂਟ ਚਾਹੀਦੇ ਆ, ਤੁਹਾਨੂੰ ਜੈਕਟ ਚਾਹੀਦੀ, ਜਿੱਦਾਂ ਹੀ ਤੁਹਾਡੀ ਵਰਾਇਟੀ ਚਾਹੀਦੀ ਸਾਨੂੰ ਤੁਸੀਂ ਲੈ ਕੇ ਜਾ ਸਕਦੇ ਆ। ਪੂਰਾ ਫੈਮਿਲੀ ਕੰਪਲੀਟ ਸ਼ੋਰੂਮ, ਤੁਹਾਨੂੰ ਕਿਤੇ ਵੀ ਟਾਈਮ ਖਰਾਬ ਕਰਨ ਲੋੜ ਨਹੀਂ। ਵੱਡਾ ਡਿਪੂ ਮੈਂ ਤੁਹਾਨੂੰ ਕਹਿੰਦਾ ਵਾਰ ਵਾਰ ਆ ਜਾਓ। ਤੁਹਾਡੀ ਕੋਈ ਬ੍ਰਾਂਚ ਵਗੈਰਾ ਨਹੀਂ ਹੈਗੀ, ਲੋਕੇਸ਼ਨ ਦਾ ਨਹੀਂ ਪਤਾ ਲੱਗਦਾ ਹੈਗਾ, ਥਾਣਾ ਸਿਟੀ ਦੀ ਬੈਕ ਸਾਈਡ ਤੇ ਪੈ ਜਾਂਦਾ ਹੈਗਾ, ਆਜ਼ਾਦ ਚੌਂਕ ਦੇ ਵਿੱਚ ਹੈਗਾ ਵੱਡਾ ਡਿਪੂ। ਇੱਕੋ ਇੱਕ ਸਾਡੀ ਸ਼ੋਪ ਹੈਗੀ ਆ, ਕਾਫੀ ਵੱਡਾ ਸਟੋਰ ਹੈਗਾ। ਤੁਸੀਂ ਇੱਥੇ ਆ ਕੇ ਆਪਣੀ ਮਨਪਸੰਦ ਚੀਜ਼ਾਂ ਲੈ ਕੇ ਜਾ ਸਕਦੇ, ਸ਼ੋਪਿੰਗ ਕਰ ਸਕਦੇ ਦਿਲ ਖੋਲ ਕੇ। ਸੋ ਘੱਟ ਰੇਟ ਵਿੱਚ ਵਧੀਆ ਚੀਜ਼ਾਂ ਲੈ ਕੇ ਜਾ ਸਕਦੇ। ਦੇਖੋ ਜੀ ਭਾਜੀ, ਆਹ ਚੀਜ਼ਾਂ ਤਾਂ ਬਾਹਰੋਂ ਮਾਰੇ ਮੰਗਾਉਣੀਆਂ ਪੈਣੀ, ਫੋਨ ਕਰ ਕਰਕੇ ਤੁਸੀਂ ਡਿਪੂ ਵਿੱਚ ਰੱਖੀਆਂ, ਕੀ ਚੱਕਰ ਕੀ ਹੈ? ਮੈਂ ਰੱਖ ਲਈਆਂ ਆ, ਹੁਣ ਡਿਪੂ ਜਾਣੀਆਂ ਸ਼ੁਰੂ ਹੋ ਗਈਆਂ ਚੀਜ਼ਾਂ। ਸੋ ਡਿਪੂ 'ਚ ਕਹਿੰਦੇ ਚੀਜ਼ਾਂ ਤੁਹਾਨੂੰ ਮਿਲ ਜਾਣੀਆਂ, ਇਹ ਤਾਂ ਬਾਹਰੋਂ ਮੈਣੀਆਂ 2500 3000 ਤੋਂ ਘੱਟ ਨਹੀਂ ਮਿਲਣਾ। ਜੇ ਗੂਗਲ ਤੇ ਸਰਚ ਮਾਰ ਕੇ ਦੇਖੋਗੇ ਨਾ, ਆਨਲਾਈਨ ਤੁਸੀਂ ਮੰਗਾਓਗੇ, 3000 ਤੋਂ ਘੱਟ ਨਹੀਂ ਮਿਲਣੀ। ਪਰ ਵੱਡਾ ਡਿਪੂ ਦਾ ਕੀ ਰੇਟ ਹੈਗਾ? ਭਾਜੀ 1650 ਰੁਪਏ। ਸਿਰਫ 1650? ਸਿਰਫ 1650। ਲਓ ਜੀ 1650 ਪੂਰਾ ਸੈੱਟ ਕੰਪਲੀਟ ਤੁਹਾਨੂੰ ਦੇਣਾ ਹੈਗਾ। ਇਹ ਹੈ ਉਹਦਾ ਕੀ ਹੈ, ਟਰੈਕ ਸੂਟ ਹੈ? ਇਹ ਟਰੈਕ ਸੂਟ ਆ ਪੂਰਾ, ਨਹੀਂ ਤਾਂ ਕੱਲੀ ਸਵੈਸ਼ਰਟ ਮਿਲਣੀ ਆ ਭਾਜੀ 1650। ਮੈਂ ਤਾਂ ਉਹੀ ਚੱਕਰ ਵਾ, ਮੈਂ ਕਿ ਕੱਲਾ ਪੀਸ ਲੈਣੇ ਹੋਊਗਾ, ਇੰਨੇ ਮੈਂ ਤੁਸੀਂ ਪੂਰਾ ਸੂਟ ਦੇਈ ਜਾਂਦੇ? ਸੂਟ ਦੇ ਰਹੇ ਹਾਂ ਭਾਜੀ ਪੂਰਾ। ਲਓ ਜੀ ਪੂਰਾ ਸੂਟ ਆ, ਜੈਪ ਵੀ ਖੋਲ ਕੇ ਦਿਖਾਓ ਅੰਦਰ ਵਿੱਚ ਕੀ ਲੱਗਾ, ਇਹਦੇ ਫਰ ਫੁਰ ਲੱਗੀ ਕਿਦਾਂ? ਨਹੀਂ ਨੈਟ ਲੱਗੀ ਹੋ ਅੰਦਰ ਭਾਜੀ। ਲਓ ਜੀ ਨੈਟ ਦੇਖੋ ਜੀ, ਤੁਹਾਨੂੰ ਕਿਤੇ ਵੀ ਇੱਧਰ ਤੋਂ ਜਾਣ ਦੀ ਲੋੜ ਨਹੀਂ ਪੈਣੀ। ਦੇਖੋ ਜੀ ਤੁਸੀਂ ਪਾ ਲੈਣਾ, ਦੇਖੋ ਅਲੱਗ ਜਿਹਾ ਤੁਹਾਨੂੰ ਫੀਲਿੰਗ ਮਹਿਸੂਸ ਹੋਣੀ ਹੈਗੀ ਆ। ਸੋ ਇਹ 'ਚ ਕਲਰ ਡਿਜ਼ਾਈਨ ਕਿੰਨੇ ਕਾ? ਕਲਰ ਵੀ ਮਿਲ ਜੂ ਸਰ ਜੀ, ਡਿਜ਼ਾਈਨ ਵੀ ਮਿਲ ਜੂ ਅਲੱਗ ਅਲੱਗ। ਅੱਛਾ ਜੀ, ਹਾਂਜੀ। ਤੇ ਸਾਈਜ਼ ਕਿਤਕ ਰਹੇ ਇਹਦੇ ਵਿੱਚ ਹੈਗੇ? ਸਾਈਜ਼ ਡਬਲ ਐਕਸਲ ਤੱਕ ਜੀ। ਡਬਲ ਐਕਸਲ ਤੱਕ ਹੈਗੇ? ਹਾਂਜੀ। ਆ ਦੇਖੋ ਬਕਾਇਦਾ ਸਾਰੇ ਇਹਦੇ ਇੰਟਰੋਡਕਸ਼ਨ ਕਰਾਈ ਹੁੰਦੀ ਸਾਰਿਆਂ ਦੀ, ਕਿੱਦਾਂ ਕਿੱਦਾਂ ਤੁਸੀਂ ਇਹਨੂੰ ਪਾ ਸਕਦੇ ਆ ਤੇ ਵਾਸ਼ ਕਰ ਸਕਦੇ ਆ। ਦੇਖੋ ਕਿੰਨੇ ਹੈਗੇ, 5999 ਰੁਪਏ, ਯਾਨੀ ਕਿ 5099 ਆ ਗਿਆ ਸਿੱਧਾ ਹਿਸਾਬ ਕਿਤਾਬ, 6999 ਰੁਪਈਏ। ਤੇ ਇਹਦਾ ਆਪਣਾ ਰੇਟ ਕੀ ਹੈ? 1495 ਜੀ। ਸਿਰਫ 1495? ਆ ਦੇਖੋ ਮਾਰੇ, ਗੱਲ ਪਹਿਲਾਂ ਦੇਖਣ ਵਾਲੀ ਇਹੀ ਆ, 6900 ਯਾਨੀ ਕਿ 6000 ਰੁਪਏ ਦਾ ਪੀਸ ਹੈਗਾ। ਤੁਸੀਂ ਬਾਹਰੋਂ ਕਿਤੇ ਲੈਣ ਜਾਓਗੇ, ਕਿਸੇ ਨੇ ਤੁਹਾਨੂੰ ਦੇਣਾ 4000 ਤੇ ਕਿਸੇ ਨੇ ਦੇਣਾ ਤੁਹਾਨੂੰ 4500 ਠੀਕ ਆ। ਪਰ ਵੱਡਾ ਡਿਪੂ ਕਿੰਨੇ ਦੇਣ? ਦੁਬਾਰਾ ਦੱਸਿਓ। 1495 ਜੀ। 1495 ਚ ਲੈ ਕੇ ਜਾ ਸਕਦੇ ਹਾਂ ਮਹਾਰਾਜ। ਵਹਿਜਾ ਵਹਿਜਾ ਹੋ ਗਏ ਮਹਾਰਾਜ, ਹੁਣ ਤੁਹਾਨੂੰ ਟੈਨਸ਼ਨ ਲੈਣ ਲੋੜ ਨਹੀਂ, ਜਲਦੀ ਆ ਜਾਓ ਵੱਡਾ ਡਿਪੂ ਤੇ ਆਪਣੇ ਮਨਪਸੰਦ ਚੀਜ਼ਾਂ ਲੈ ਜਾਓ। ਦੇਖੋ ਜੀ ਕਿੰਨੇ ਕਿੰਨੇ ਪਿਆਰੇ ਸਟਾਈਲ ਹੈਗੇ, ਹਰ ਤਰ੍ਹਾਂ ਤੁਹਾਨੂੰ ਡੀਸੈਂਟ ਪੀਸ ਮਿਲਣੇ ਹੈਗੇ ਆ। ਇਹ ਵੀ ਪੀਸ ਚੱਕ ਕੇ ਦਿਖਾਓ ਸਾਨੂੰ ਭਾਜੀ, ਬਹੁਤ ਪਿਆਰਾ ਪੀਸ ਹੈਗਾ ਵੀ। ਹੈਲੋ, ਵਿਦ ਕੈਪ ਆਈ ਸਰ ਜੀ ਇਹਨੂੰ? ਵਿਦ ਕੈਪ ਨਾਲ ਆ ਗਈ? ਹਾਂਜੀ ਕੈਪ ਨਾਲ ਆ ਗਈ। ਤੁਹਾਨੂੰ ਕੈਪ ਲੈਣੀ ਪੈਣੀ ਨਹੀਂ ਹੈਗੀ, ਬਾਹਰੋਂ ਜਿੱਦਾਂ ਐਕਸਟਰਾ ਤੁਹਾਨੂੰ ਕੈਪ ਬਾਏ ਕਰਨੀ ਪੈਂਦੀ ਹੈ ਨਾ, ਕਿ ਆਪਾਂ ਵਧੀਆ ਸੂਟ ਪਾਏ ਨਾਲ ਕੈਪ ਲੈਣੀ ਹੈ, ਵਧੀਆ ਮਿਲ ਜਾਵੇ ਸਾਨੂੰ, ਤੁਹਾਨੂੰ ਉਹ ਪੈਸੇ ਖਰਚਣ ਲੋੜ ਨਹੀਂ ਹੈਗੀ, ਤੁਹਾਡੇ ਪੈਸੇ ਬਚਾ ਦੇਣੇ ਹੈਗੇ ਆ। ਤੁਹਾਨੂੰ ਪੂਰਾ ਆਪਾਂ ਸੂਟ ਦੇਣਾ ਹੈਗਾ, ਕਿੰਨੇ ਦੇਣਾ ਹੈ? 1650 ਜੀ। 1650 ਰੁਪਏ ਤੁਸੀਂ ਲੈ ਕੇ ਜਾ ਸਕਦੇ। ਦੇਖੋ ਕਿੰਨੇ ਪਿਆਰੇ ਕਲਰ ਹੈਗੇ ਆ, ਕੰਬੀਨੇਸ਼ਨ ਬਹੁਤ ਵਧੀਆ ਵਧੀਆ ਹੈਗੇ ਆ। ਸੋ ਇਹ 'ਚ ਵੀ ਕਾਫੀ ਡਿਜ਼ਾਇਨਿੰਗ, ਕਾਫੀ ਤੁਹਾਨੂੰ ਅਲੱਗ ਅਲੱਗ ਸਟਾਈਲ ਮਿਲਣੇ ਹੈਗੇ ਆ। ਸੋ ਸਾਨੂੰ ਭਾਈ ਤੁਹਾਨੂੰ ਥੋੜੇ ਕੋਟ ਪੈਂਟ ਲੱਗੇ, ਜੈਕਟ ਦੂਜੇ ਲੱਗੇ, ਇਧਰ ਬਲੇਜ਼ਰ ਹੈ? ਹਾਂਜੀ ਬਲੇਜ਼ਰ ਆ ਗਿਆ। ਹਾਂਜੀ ਬਲੇਜ਼ਰ ਆ ਗਿਆ। ਇੱਥੇ ਆ ਗਿਆ, ਉਹ ਦੇਖੋ ਨੀ, ਉਧਰ ਕੈਮਰਾ ਮਾਰ ਦਿਓ, ਦੇਖੋ ਉਧਰ ਵੀ ਪੂਰੇ ਖਾਨੇ ਭਰੇ ਪਏ ਆ। ਟਰੈਕ ਸੂਟ ਜਿੱਦਾਂ ਮਰਜ਼ੀ ਤੁਸੀਂ ਲੈ ਕੇ ਜਾ ਸਕਦੇ ਹੈਗੇ ਆ, ਹੁੱਡੀਆਂ ਲੈ ਕੇ ਜਾ ਸਕਦੇ ਹੈਗੇ ਆ, ਲੋਅਰ ਲੈ ਕੇ ਜਾ ਸਕਦੇ ਹੈਗੇ ਆ, ਟੀ ਸ਼ਰਟ, ਲੇਡੀ, ਜੈਂਟਸ, ਮਨਿਆਰੀ, ਜੂਲੀ, ਸ਼ੂਜ਼ ਕਾਊਂਟਰ, ਹੈਂਡਰੂਮ, ਸੂਟ ਵਗੈਰਾ, ਲੌਂਗ, ਹਰ ਤਰ੍ਹਾਂ ਤੁਹਾਨੂੰ ਇੱਥੋਂ ਵਰਾਇਟੀ ਮਿਲਣੀ ਹੈਗੀ ਆ। ਸੋ ਤੁਸੀਂ ਕਰਨਾ ਕੀ, ਵੱਡਾ ਡਿਪੂ ਆਉਣਾ ਹੈਗਾ, ਆਪਣੇ ਮਨਪਸੰਦ ਚੀਜ਼ਾਂ ਜਿੱਦਾਂ ਤੁਹਾਨੂੰ ਚਾਹੀਦੀ ਹੈਗੀ, ਜਿੱਦਾਂ ਤੁਹਾਡੀ ਚੋਇਸ ਹੈਗੀ, ਤੁਸੀਂ ਇੱਥੋਂ ਲੈ ਕੇ ਜਾ ਸਕਦੇ ਹੈ। ਤੁਹਾਡੇ ਕੋਲ ਟਾਈਮ ਨਹੀਂ ਹੈਗਾ ਆ, ਤੁਹਾਨੂੰ ਜਲਦੀ ਹੈਗੀ ਆ, ਸੇਲਮੈਨ ਬਿਜ਼ੀ ਹੈਗੇ ਆ, ਹੈਂਗਰ ਲੱਗੇ ਹੋਏ ਆ, ਤੁਸੀਂ ਆਪੇ ਇਹਨਾਂ 'ਚੋਂ ਪਸੰਦ ਕਰਕੇ ਲੈ ਕੇ ਜਾ ਸਕਦੇ ਹੈਗੇ, ਠੀਕ ਆ। ਸੈਲਫ ਸਰਵਿਸ ਤੁਸੀਂ ਕਰ ਸਕਦੇ ਹੋ। ਇਹ ਭਾਜੀ ਆ ਗਈ ਹੈਗੀ ਆ ਬਲੇਜ਼ਰ ਆ ਗਏ ਨਾ। ਸੋ ਬਾਹਰ ਤਾਂ ਅੱਜ ਕੱਲ੍ਹ ਕਾਫੀ ਰੇਟ ਹੈ, ਕੋਈ 5000 ਦੇ ਜਾਂਦਾ, ਕੋਈ 6000 ਦੇ, ਕੋਈ 4000 ਦੇ ਜਾਂਦਾ, ਪਰ ਵੱਡੇ ਡਿਪੂ ਕੀ ਰੇਟ ਹੈ? 1958 ਜੀ ਚੱਲਦਾ, 2022 ਹੈ ਤੇ 1958 ਤੁਹਾਨੂੰ ਆਪਾਂ ਦੇਣੀ ਇਹ
ਸਟਾਈਲ ਕਹਿੰਦੇ ਚੇਂਜ ਹੋਊਗਾ ਪਰ ਪ੍ਰਾਈਸ ਸਾਡਾ ਕਹਿੰਦੇ ਉਹੀ ਰਹੂਗਾ। ਇਹ ਖਾਸੀਅਤ ਵੱਡੀ ਡੀਪੂ ਦੀ ਹੈਗੀ ਹੈ, ਤਾਂ ਹੀ ਕਸਟਮਰ ਦੂਰ ਦੂਰ ਆ ਰਿਹਾ, ਉਹਨਾਂ ਵਿਸ਼ਵਾਸ ਬਣ ਚੁੱਕਾ ਵੱਡੀ ਡੀਪੂ ਉੱਪਰ ਕਿ ਜਿਹੜੀ ਰੇਟ ਦੱਸਦਾ ਉਹੀ ਰੇਟ ਮਿਲਣਾ, ਚਾਹੇ ਕੋਈ ਬੱਚਾ ਚਾਹੇ ਕੋਈ ਬਜ਼ੁਰਗ ਹੈਗਾ। ਗਲਤ ਕਿਸੇ ਨੂੰ ਇੱਥੇ ਗਾਈਡ ਨਹੀਂ ਕਰਨਾ ਭਾਜੀ, ਇੱਕ ਦੋ ਸਾਨੂੰ ਕੋਟ ਪੈਂਟ ਦਿਖਾ ਦਿਓ, ਸੋ ਕੋਟ ਪੈਂਟ ਤੁਹਾਨੂੰ ਚੱਕ ਲਿਓ ਮੜ ਜਾ। ਸੋ ਵਰਾਇਟੀ ਕਾਫੀ ਹੈਗੀ, ਤੁਹਾਨੂੰ ਕਿਤੇ ਵੀ ਟੈਨਸ਼ਨ ਲੈਣ ਲੋੜ ਨਹੀਂ ਹੈਗੀ। ਦੇਖੋ ਇੱਧਰ ਵੀ ਕਿੰਨੇ ਕਿੰਨੇ ਸੋਹਣੇ ਸੋਹਣੇ ਪੀਸ ਲੱਗੇ ਹੋਏ, ਸ਼ਰਟਾਂ ਚਾਹੀਦੀਆਂ ਸਾਨੂੰ, ਸ਼ਰਟਾਂ ਵੀ ਤੁਸੀਂ ਲੈ ਕੇ ਜਾ ਸਕਦੇ ਹੈਗੇ, ਠੀਕ ਹੈ ਜੀ। ਸਾਰੇ ਹੈਂਗਰ ਕੀਤੇ ਹੋਏ, ਨੀਰੇ ਕੈਮਰਾ ਮਾਰ ਕੇ ਦਿਖਾ ਦਿਓ, ਦੇਖੋ ਹੈਂਗਰ ਕੀਤੇ ਹੋਏ ਕਿੰਨੇ ਕਿੰਨੇ ਪਿਆਰੇ ਸਟਾਈਲ ਹੈਗੇ, ਕਿੰਨੇ ਕਿੰਨੇ ਸੋਹਣੇ ਡੀਸੈਂਟ ਪੀਸਮੈਂਟ ਸਾਨੂੰ ਹੈਗੀ। ਤੁਸੀਂ ਵੱਡਾ ਡੀਪੂ ਆ ਕੇ ਆਪਣੇ ਮਨਪਸੰਦ ਚੀਜ਼ਾਂ ਜਿੱਦਾਂ ਚਾਹੀਦੀ ਲੈ ਕੇ ਜਾ ਸਕਦੇ ਹੋ, ਵੀ ਘੱਟ ਰੇਟਾਂ ਵਿੱਚ ਹੀ, ਠੀਕ ਹੈ ਜੀ। ਰੇਂਜ ਘੱਟ ਆ, ਚੀਜ਼ ਵਧੀਆ ਤੁਹਾਨੂੰ ਮਿਲਣੀ ਹੈਗੀ। ਤੁਸੀਂ ਵੱਡਾ ਡੀਪੂ ਆ ਕੇ ਆਪਣੇ ਮਨਪਸੰਦ ਚੀਜ਼ਾਂ ਜਿੱਦਾਂ ਚਾਹੀਦੀ ਤੁਸੀਂ ਲੈ ਕੇ ਜਾ ਸਕਦੇ ਹੈਗੇ, ਤੁਹਾਨੂੰ ਕਿਤੇ ਵੀ ਆਪਣੇ ਟਾਈਮ ਖਰਾਬ ਕਰਨ ਲੋੜ ਨਹੀਂ। ਉਹ ਵੱਡਾ ਡੀਪੂ ਆਇਓ, ਉਹ ਸਾਡੀ ਉਮੀਦ ਹੀ ਆ ਰਹੀ ਕਿ ਤੁਹਾਡੀ ਉਮੀਦਾਂ ਤੁਹਾਡੇ ਡ੍ਰੀਮਸ ਵੱਡਾ ਡੀਪੂ 'ਚ ਪੂਰੇ ਹੋਣੇ ਹੈਗੇ ਆ। ਜੇ ਤੁਹਾਨੂੰ ਕਿਸੇ ਤਰ੍ਹਾਂ ਦੀ ਚੀਜ਼ ਨਹੀਂ ਮਿਲਦੀ ਕਿਤੇ ਵੀ, ਤੁਹਾਨੂੰ ਵੱਡਾ ਡੀਪੂ ਆ ਕੇ ਤੁਸੀਂ ਇੱਥੋਂ ਬਾਏ ਕਰਕੇ ਲੈ ਕੇ ਜਾ ਸਕਦੇ ਹੈਗੇ, ਠੀਕ ਹੈ ਜੀ। ਸੋ ਵੱਡਾ ਡੀਪੂ ਤੁਹਾਡਾ ਹਰ ਵੇਲੇ ਸਵਾਗਤ ਕਰਦਾ ਜੀ, ਅਤੇ ਤੁਹਾਨੂੰ ਕਿਤੇ ਵੀ ਆਪਣਾ ਟਾਈਮ ਖਰਾਬ ਕਰਨ ਲੋੜ ਨਹੀਂ। ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਵੱਡਾ ਡੀਪੂ ਆਓ ਅਤੇ ਆਪਣਾ ਟੋ ਠੱਪਾ ਬਣਾ ਕੇ ਲੈ ਕੇ ਜਾਓ ਜੀ, ਠੀਕ ਹੈ। ਸੋ ਕਾਫੀ ਮੈਂ ਇੱਕ ਦੋ ਜਣੇ ਕਮੈਂਟ ਵੀ ਮਾੜੇ, ਦੂਜਾ ਵਿੱਚ ਪੜ੍ਹੀ ਦੇ ਨਾ, ਕਈ ਕਮੈਂਟ ਸਾਨੂੰ ਗਲਤ ਵੀ ਬਹੁਤ ਕਰਦੇ ਹੈਗੇ, ਸਾਰਿਆਂ ਨੂੰ ਥੈਂਕ ਯੂ ਕਰਦੇ, ਦਿਲ ਤੋਂ ਥੈਂਕ ਯੂ ਕਰਦੇ ਹੈਗੇ ਆ ਕਿ ਸਾਨੂੰ ਤੁਸੀਂ ਇੰਨਾ ਪਿਆਰ ਦਿੰਦੇ ਹੈਗੇ ਆ। ਗਲਤ ਕਮੈਂਟ ਵੀ ਕਈ ਕਰਦੇ ਹੈਗੇ ਆ, ਉਹ ਤਾਂ ਮੈਂ ਤਾਂ ਇਹ ਕਹਿੰਦਾ ਜੜੋ ਨਾ ਰੀਸ ਕਰੋ, ਖਿਜੋ ਨਾ, ਕੰਮ ਕਰਕੇ ਦਿਖਾਲੋ, ਠੀਕ ਹੈ ਜੀ। ਕੰਮ ਕਰਕੇ ਦਿਖਾਈਦਾ ਹੁੰਦਾ, ਜੈਲੈਂਸ ਨਹੀਂ ਕਰੀਦੀ ਹੁੰਦੀ ਕਿਸੇ ਦੇ, ਆਪਾਂ ਵੱਲ ਦੇਖ ਕੇ ਖੁਸ਼ੀ ਹੁੰਦੀ ਦਾ ਨਾ, ਅਤੇ ਪਰਮਾਤਮਾ ਆਪਾਂ ਵੀ ਖੁਸ਼ੀ ਦਿੰਦਾ ਹੁੰਦਾ। ਇਸ ਕਰਕੇ ਜਿੱਦਾਂ ਆਪਾਂ ਖੂਹ 'ਚ ਆਵਾਜ਼ ਬੋਲਣੀ ਉਦਣੀ ਆਵਾਜ਼ ਬਾਹਰ ਆਉਂਦੀ ਹੁੰਦੀ ਹੈਗੀ ਆ। ਸੋ ਅੱਜ ਤੁਹਾਨੂੰ ਪਤਾ ਹੀ ਹੈਗੀ, ਬਾਕੀ ਤੁਸੀਂ ਆਪ ਸਮਝਦਾਰ ਹੈਗੇ ਆ, ਜੋ ਕੋਈ ਗੱਲਬਾਤ ਹੈਗੀ ਆ ਤਾਂ ਤੁਸੀਂ ਆਪ ਆ ਕੇ ਕਰ ਵੀ ਸਕਦੇ ਹੈਗੇ, ਨੋ ਪ੍ਰੋਬਲਮ ਹੈਗੀ, ਮੋਸਟ ਵੈਲਕਮ ਤੁਹਾਡਾ ਕਰਾਂਗੇ, ਠੀਕ ਹੈ। ਅਤੇ ਚਾਹ ਪਾਣੀ ਪਿਲਾ ਕੇ ਤੋਰਾਂਗੇ, ਅਤੇ ਨਾਲ ਦੇਖੋ ਤੁਹਾਡੇ ਵਾਸਤੇ ਕਿੰਨੇ ਕਿੰਨੇ ਪਿਆਰੇ ਸਟਾਈਲ ਆ ਚੁੱਕੇ ਹੈਗੇ। ਇਸ ਮੈਂ ਤੁਹਾਨੂੰ ਵਾਰ ਵਾਰ ਕਹਿੰਦਾ, ਤੁਸੀਂ ਆਪਣੇ ਮਨਪਸੰਦ ਚੀਜ਼ਾਂ ਲੈ ਕੇ ਜਾਇਆ ਕਰੋ, ਅਤੇ ਘਰ ਬੈਠ ਕੇ ਜੈਲਸ ਨਾ ਕਰਿਆ ਕਰੋ, ਜਿਹਨੇ ਸਾਡੇ ਨਾਲ ਜੈਲਸ ਕਰਦੇ ਕਈ ਵੇਲੇ ਨਾ। ਸੋ ਜੈਲਸ ਕਰਕੇ ਕੀ ਆਪਣਾ ਖੂਨ ਜਲਣ ਕੀ ਫਾਇਦਾ, ਤੁਹਾਨੂੰ ਪਤਾ ਟੈਨਸ਼ਨ ਨਾਲ ਲੋੜ ਨਹੀਂ ਹੈਗੀ। ਦੇਖੋ ਕਿੰਨੇ ਕਿੰਨੇ ਪਿਆਰੇ ਸਟਾਈਲ, ਹੁਣ ਇਹੀ ਚੀਜ਼ਾਂ ਤੁਹਾਨੂੰ ਦੇ ਦੇ ਰਹੇ ਆਪਾਂ, ਕਿੰਨੇ ਅਸੀਂ ਭਾਈ ਦੇਣਾ ਹੈਗਾ, 7-8 ਹਜ਼ਾਰ ਰੁਪਏ ਦਾ ਸੀਤਾ ਸਲਾਇਆ ਲੈ ਕੇ ਜਾ ਸਕਦੇ ਆ, ਤੇ ਨਾਲ ਪੂਰੀ ਸੈਸਰੀ ਕੰਪਲੀਟ ਮੈਣੀ ਹੈ। ਦੇਖੋ ਇਹ ਨਹੀਂ ਹੁਣ ਹੈਂਕੀ ਲੱਗ ਲੈਣਾ ਪੈਣਾ, ਉਹ ਵੀ ਨਾਲ ਤੁਹਾਨੂੰ ਦੇਣਾ, ਇਹਦੇ ਵਿੱਚ ਬਕਾਇਦਾ ਸੈਸਰੀ ਕੰਪਲੀਟ ਹੈਗੀ ਆ। ਤੁਸੀਂ ਮਰਜ਼ੀ ਆਪਣੇ ਫੰਕਸ਼ਨ ਪਾ ਕੇ ਤੁਸੀਂ ਆਪਣਾ ਫੰਕਸ਼ਨ ਅਟੈਂਡ ਕਰ ਸਕਦੇ ਹੈਗੇ, ਇਹ 'ਚ ਕਲਰ ਡਿਜ਼ਾਇਨ ਕਾਫੀ ਹੈਗੀ ਆ। ਸੋ ਵੱਡਾ ਡੀਪੂ ਆ ਕੇ ਤੁਸੀਂ ਆਪਣੇ ਮਨਪਸੰਦ ਚੀਜ਼ਾਂ ਜਿੱਦਾਂ ਚਾਹੀਦੀ ਲੈ ਕੇ ਜਾ ਸਕਦੇ ਆ। ਸੋ ਇੱਕ ਦੋ ਪੀਸ ਤੁਹਾਨੂੰ ਹੋਰ ਦਿਖਾਲਾਂਗੇ। ਸੋ ਵਰਾਇਟੀ ਕਾਫੀ ਆ, ਮੈਂ ਤੁਹਾਨੂੰ ਵਾਰ ਵਾਰ ਕਹਿੰਦਾ ਤੁਸੀਂ ਆਪ ਵਿਜਿਟ ਕਰੋ, ਤੁਸੀਂ ਸਾਡੇ ਨਾਲ ਜੁੜ ਕੇ ਤੁਸੀਂ ਡੇਲੀ ਵਰਾਇਟੀ ਦੇਖਦੇ ਹੈਗੇ ਆ। ਤੁਹਾਡਾ ਸਾਰਿਆਂ ਥੈਂਕ ਯੂ ਕਰਦੇ, ਜੋ ਸਾਡੇ ਨਾਲ ਵਧੀਆ ਜੁੜੇ ਹੋ ਜਿੰਨੇ ਭੈਣ ਭਾਈ ਸਾਰਿਆਂ ਥੈਂਕ ਯੂ ਕਰਦਾ, ਮੈਂ ਦਿਲ ਤੋਂ ਕਰਦਾ ਹੈਗਾ। ਕਈਆਂ ਨੂੰ ਆਦਤ ਹੁੰਦੀ ਹੈ ਤੁਹਾਨੂੰ ਪਤਾ ਆਪਣੇ, ਖਾਸ ਕਰਕੇ ਲੋਕਾਂ ਨੂੰ ਹੈ ਨਾ, ਕਿ ਜੈਲਸ ਕਰਨੀ ਹੁੰਦੀ ਆ, ਕਿਸੇ ਦੇ ਕੰਮ ਵੱਲ ਦੇਖਿਆ ਖੁਸ਼ ਹੋਈਦਾ ਹੁੰਦਾ, ਠੀਕ ਹੈ। ਜੈਲਸ ਕਰੀ ਹੁੰਦੀ, ਖੁਸ਼ ਹੋਵਾਂ ਕਿ ਪਰਮਾਤਮਾ ਨੂੰ ਹੋਰ ਖੁਸ਼ੀ ਦਿੰਦਾ, ਜੇ ਆਪਾਂ ਕਿਸੇ ਵੱਲ ਦੇਖ ਕੇ ਰੋਈ ਜਾਣਾ ਖਿੱਚੀ ਜਾਣਾ ਤਾਂ ਕੀ ਫਾਇਦਾ, ਪਰਮਾਤਮਾ ਉੱਥੇ ਰੱਖਦਾ ਹੁੰਦਾ। ਇਸ ਕਰਕੇ ਤੁਸੀਂ ਆਪ ਸਮਝਦਾਰ ਹੈਗੇ ਨਾ। ਸੋ ਦੇਖੋ ਕਿੰਨੇ ਕਿੰਨੇ ਤੁਹਾਡੇ ਵਾਸਤੇ ਸਟਾਈਲ ਆ ਚੁੱਕੇ ਆ। ਮੈਂ ਕਹਿਣਾ ਨਹੀਂ ਚਾਹੁੰਦਾ ਸੀਗਾ ਫਿਰ ਵੀ ਤੁਸੀਂ ਕਮੈਂਟ ਕਰਕੇ ਸਾਨੂੰ ਕਹਿਣ ਨੂੰ ਮਜਬੂਰ ਕੀਤਾ ਹੈਗਾ ਆ। ਸੋ ਉਹ ਵੀ ਇੱਕ ਦੋ ਪਰਸਨ ਹੁੰਦੇ ਆ, ਜ਼ਿਆਦਾ ਨਹੀਂ ਹੁੰਦੇ ਹੈਗੇ, ਇੱਕ ਦੋ ਪਰਸਨ ਹੁੰਦੇ ਆ ਜਿਹਨਾਂ ਨੂੰ ਆਦਤ ਹੁੰਦੀ ਹੈ ਨਾ। ਪੰਜੇ ਉਂਗਲ ਕੋਈ ਨਹੀਂ ਹੋਣੀ ਹੈਗੀ, ਦੇਖੋ ਕਿੰਨੇ ਕਿੰਨੇ ਪਿਆਰੇ ਕਲਰ ਹੈਗੇ ਆ, ਸਟਾਈਲ ਕਿੰਨੇ ਕਿੰਨੇ ਸੋਹਣੇ ਹੈਗੇ ਆ। ਸੋ ਭਾਜੀ ਕਲਰ ਬਹੁਤ ਡਿਫਰੈਂਟ ਆ, ਤੇ ਡਿਜ਼ਾਇਨ ਬਹੁਤ ਡਿਫਰੈਂਟ ਹੈਗਾ, ਬਾਸਕਟ ਬਹੁਤ ਵਧੀਆ ਬਣੀ ਹੋਈ ਹੈ। ਇਹਦਾ ਕੀ ਰੇਟ ਕੀ ਦਾ ਭਾਜੀ? ਸੇਮ ਰੇਟ ਆ 4,056 ਰੁਪਏ। ਇਹ ਵੀ 4,056 ਰੁਪਏ ਲੈ ਕੇ ਜਾ ਸਕਦੇ ਹੈਗੇ ਆ। ਸੋ ਤੁਹਾਡਾ ਸਾਰਿਆਂ ਥੈਂਕ ਯੂ ਕਰਦੇ ਹੈਗੇ, ਸਾਡੇ ਨਾਲ ਜੁੜ ਕੇ ਵਰਾਇਟੀ ਦੇਖੀ ਹੈਗੀ ਆ। ਸੋ ਸਾਡੀ ਵੀਡੀਓ ਬਾਰੇ ਬਾਅਦ ਤੋਂ ਸ਼ੇਅਰ ਕਰੂੰਗਾ, ਲਾਈਕ ਕਰੂੰਗਾ, ਵਧੀਆ ਵਧੀਆ ਕਮੈਂਟ ਕਰੂੰਗਾ। ਸਨੀ ਭਾਜੀ ਇਹ ਤੁਹਾਡੇ ਹੱਥ ਆਪਾਂ ਗਿਫਟ ਕਰ ਦੇਣਾ, ਠੀਕ ਆ। ਸੋ ਸਨੀ ਭਾਜੀ ਨੇ ਇਜਾਜ਼ਤ ਦੇ ਦਿੱਤੀ ਹੈ, ਕਹਿੰਦੇ ਕਰ ਦਿਓ ਕੋਈ ਗੱਲ ਨਹੀਂ। ਸੋ ਸਾਡੀ ਵੀਡੀਓ ਤੁਸੀਂ ਕਰਨਾ ਕੀ, ਬਾਅਦ ਤੋਂ ਸ਼ੇਅਰ ਕਰਨੀ ਹੈਗੀ ਆ, ਲਾਈਕ ਕਰਨੀ, ਵਧੀਆ ਵਧੀਆ ਕਮੈਂਟ ਕਰਨਾ। ਜੇ ਤੁਹਾਨੂੰ ਸਾਡੀ ਵੀਡੀਓ ਕਿੱਦਾਂ ਲੱਗੀ ਸਾਨੂੰ ਥੱਲੇ ਸੁਜੈਸ਼ਨ ਜ਼ਰੂਰ ਦੇਣਾ, ਕਮੈਂਟ ਜ਼ਰੂਰ ਕਰਕੇ ਦੱਸਣਾ ਹੈਗਾ। ਸੋ ਤੁਹਾਡੇ ਵਾਸਤੇ ਕੱਲ੍ਹ ਕੁਝ ਖਾਸ ਲੈ ਕੇ ਆਵਾਂਗੇ। ਥੈਂਕ ਯੂ, ਗੋਡ ਬਲੈਸ ਯੂ ਆਲ।